ਮੰਰੂਰ ਦੀ ਚੋਣਾ ਦੇ ਅੱਜ ਨਤੀਜੇ ਆ ਚੁੱਕੇ ਨੇ ਤੇ ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ ਕਾਂਗਰਸ ਜਿਹੜੀ ਤੀਜੇ ਨੰਬਰ ਤੇ ਰਹੀ ਹੈ ਆਖਿਰ ਕੀ ਫੈਕਟਰ ਰਿਹਾ ਇੰਨੇ ਘਟਸਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਇਨ ਤਮਾਮ ਪਹਿਲੂਆਂ ਦੇ ਉੱਤੇ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਡਿੰਗ ਸਾਡੇ ਨਾਲ ਮੌਜੂਦ ਨੇ ਰਾਜਾ ਸਾਹਿਬ ਕੀ ਮੰਦੇ ਤੁਸੀਂ ਇਸ ਚੋਣ ਦਾ ਜਿਹੜਾ ਨਤੀਜਾ ਆਇਆ ਉਹਦਾ ਫੈਕਟਰ ਕੀ ਰਿਹਾ ਅ ਮੇਰਾ ਖਿਆਲ ਅੱਜ ਕੱਲ ਲੋਕਾਂ ਨੂੰ ਸੱਚੀ ਜੀ ਗੱਲ ਪਸੰਦ ਆਉਂਦੀ ਹੈ ਲੋਕਾਂ ਨਾਲ ਝੂਠੇ ਵਾਦੇ ਕਿਉਂਕਿ ਲੋਕਾਂ ਦਾ ਧੋਖਾ ਬਹੁਤ ਹੋ ਚੁੱਕਿਆ ਹੈ ਸਾਡੀ ਸਰਕਾਰ ਨੇ ਵੀ ਕੀਤਾ ਪ੍ਰਸ਼ਾਦ ਕੁਸ਼ੋਰ ਜੀ ਸੀ بڑے 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 ਵਾਦੇ ਕਰਤੇ ਕੈਪਟਨ ਅਮਰਿੰਦਰ ਸਿੰਘ ਹੁਰਾ ਨੇ ਡਿਲੀਵਰ ਨਹੀਂ ਕੀਤੇ আর ਲੋਕਾਂ ਦੀ ਅਣਦੇਖੀ ਕੀਤੀ ਇਸ ਕਰਕੇ ਸਾਨੂੰ ਇਹ ਫਤਵਾ ਮਿਲਿਆ ਅਸੀਂ ਚੋਣ ਹਾਰੇ ਸਾਡੀਆਂ ਗਲਤੀਆਂ ਸੀ ਸਾਡੀਆਂ ਨਾਕੀਆਂ ਸਨ ਔਰ ਅੱਜ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਸਰਕਾਰ ਤੋਂ ਬੜੀ ਵੱਡੀ ਉਮੀਦ ਸੀ 92 ਸੀਟਾਂ ਦੇ ਨਾਲ ਉਹ ਸਤਾ ਸਰਕਾਰ ਚਾਹੀਸਨ ਲੇਕਿਨ ਉਹਨਾਂ ਦਾ ਅਜੰਡਾ ਉਹੀ ਫੜ ਲੋ ਫੜਾ ਲੋ ਫਲਾ ਕਰ ਲੋ ਕੱਲ ਦਾ ਬਹੁਤ ਵੱਡਾ ਹਾਦਸਾ ਹੋਇਆ ਇੱਕ ਸੋ ਮੈਂ ਇਹ ਸਮਝਦਾ ਕਿ ਲੋਕ ਪੰਜਾਬ ਦੇ ਜਿਹੜੇ ਆ ਨਾ ਉਹ ਪੋਜ਼ਿਟਿਵ ਗੱਲ ਕਰਨਾ ਚਾਹੁੰਦੇ ਆ ਲੋਕ ਹੀ ਗੱਲ ਕਹਿੰਦੇ ਸੱਚੀ ਗੱਲ ਜੇ ਕੁਝ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਬਿਲਕੁਲ ਨਾ ਕਹੋ ਕੀ ਅਸੀਂ ਆ ਕਰਾਂਗੇ ਦੋਗਾਂ ਨੂੰ ਬੜੀਆਂ ਆਸਾਂ ਸੰ ਤਿੰਨ ਤਿੰਨ ਮਹੀਨੇ ਉਹਨਾਂ ਨੂੰ ਕੋਈ ਮਿਲਿਆ ਹੀ ਨਹੀਂ ਆਪਦੇ ਹਲਕਿਆਂ ਦੇ ਵਿੱਚ ਔਰ ਜੇ ਸੰਗਰੂਰ ਦੇ ਵਿੱਚ ਜਿਹੜਾ ਉਹਨਾਂ ਦਾ ਗੜ ਮੰਨਿਆ ਜਾਂਦਾ ਸੀ ਜਿੱਥੋਂ ਰਾਜਨੀਤੀ ਆਮ ਆਦਮੀ ਪਾਰਟੀ ਦੀ ਸ਼ੁਰੂ ਹੋਈ ਜਿੱਥੋਂ ਸਰਦਾਰ ਭਗਵਾਨ ਸਿੰਘ ਮਾਨ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਬਣੇ ਅਗਰ ਉੱਥੇ ਹਾਲਾਤ ਹੋ ਜਾਣ ਜਿੱਥੇ ਚਾਰ ਮੰਤਰੀ ਸਨ ਜਿੱਥੇ ਸਾਢੇ 4 ਲੱਖ ਵੋਟਾਂ ਦੇ ਨਾਲ ਉਹ ਜਿੱਤੇ ਸਨ ਆਪ ਦਾ ਮੰਤਰੀ ਵੀ ਮਾਨਾ ਬਣਾ ਕੇ ਸਿੱਕੇ ਟੰਗਦਾ ਤੋ ਕਿ ਗੁਜਰਾਤ ਚ ਦੁਖਾਣਾ ਚਾਹੁੰਦੇ ਸਨ ਹਿਮਾਚਲ ਨੂੰ ਲੁੱਟਣਾ ਚਾਹੁੰਦੇ ਸਨ ਅਨ ਡਬਲ ਸਟੈਂਡਰਡ ਜਿਹੜੀ ਪਾਲਿਸੀ ਹੈ ਹਰਿਆਣਾ ਚ ਜਾ ਕੇ ਉਹਨਾਂ ਦਾ ਰਾਜ ਸਭਾ ਮੈਂਬਰ ਜਿਹੜਾ ਕਹਿ ਰਿਹਾ ਸੀ ਅਸੀਂ ਪਾਣੀ 25 2025 ਮੇ ਪਾਣੀ S Y L ਚ ਲੈ ਕੇ ਆਵਾਂਗੇ ਸੋ ਜਨਤਾ ਕਿਸੇ ਨਾ ਕਿਤੇ ਸਮਝਦੀ ਹੈ ਕਿ ਯਾਰ ਇਹ ਸਾਨੂੰ ਮੂਰਖ ਬਣਾਇਆ ਜਾ ਰਿਹਾ ਸੋ ਉਹਨਾਂ ਨੇ ਫਤਵਾ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਝੂਠ ਮਨਜ਼ੂਰ ਨਹੀਂ ਔਰ ਪਹਿਲੀ ਆਰੀ ਪਹਿਲੀ ਆਰੀ 100 ਦਿਨ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਕਿਸੇ ਸત્તાਦਾਰੀ ਦੀ ਪਾਰਟੀ ਦੇ ਮੈਂ ਹੁੰਦੇ ਦੇਖੇ ਨਹੀਂ ਅਸੀਂ ਸਟ੍ਰੌਂਗ ਆਪੋਜੀਸ਼ਨ ਇੱਕ ਸਟ੍ਰੌਂਗ ਸਰਕਾਰ ਰੱਖਦੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਰੋਕਾਂਗੇ ਉਹਦੇ ਤੇ ਤਵਜੋ ਦੇਗੀ ਤਾਂ ਠੀਕ ਕਰੇਗੀ ਸੋ ਮੈਨ ਲੱਗਦਾ ਕਿ ਲੋਕਾਂ ਨੇ ਝੂਠ ਦੇ ਖਿਲਾਫ ਫਤਵਾ ਦਿੱਤਾ ਔਰ ਸਿਰੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਕਾਰ ਦਿੱਤਾ ਅੱਜ ਵੀ ਅਸੀਂ ਤੀਜੇ ਨੰਬਰ ਤੇ ਰਹੇ ਹਾਲਾਂਕਿ ਸਿਮਰਜੀਤ ਸਿੰਘ ਮਾਨ ਦਾ ਹੋਰ ਕਿਤੇ ਕੋਈ ਨੈਟਵਰਕ ਨਹੀਂ ਹੈ ਪੂਰੇ ਪੰਜਾਬ ਦੇ ਅੰਦਰ ਹੋਰ ਕੋਈ ਗੱਲਬਾਤ ਨਹੀਂ ਹੈ 1990 ਤੋਂ ਬਾਅਦ ਹੋਣ ਜਾ ਕੇ ਫਤਵਾ ਉਹਨਾਂ ਨੂੰ ਮਿਲਿਆ ਹੈ ਜਾਨੀ ਕਿ 17 16 17 ਸਾਲਾਂ ਬਾਅਦ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਬਹੁਤ ਗਰਾਉਂਡਡ ਹੋ ਕੇ ਗਲ ਕਰਨ ਦੀ ਲੋੜ ਹੈ ਔਰ ਜਿੱਥੇ ਸਾਡੇ ਕੋਲੇ ਬੰਦੇ ਨਹੀਂ ਆ ਉਥੇ ਆਮ ਲੋਕਾਂ ਨੂੰ ਪਾਲਣ ਦੀ ਲੋੜ ਹੈ ਜਿਹੜੇ ਲੋਕਾਂ ਦੀ ਸੇਵਾ ਕਰਨ ਨਾਟ ਕੀ ਵੱਡੇ ਵੱਡੇ ਲੀਡਰ ਨਹੀਂ ਲੋਕ ਲੋਕਾਂ ਨੂੰ ਚਾਹੀਦੇ ਐ ਐਂਡ ਬਹੁਤ ਸਾਰੇ ਐਸੇ ਲੀਡਰ ਨੇ ਜਿਨ੍ਹਾਂ ਨੇ ਆਮ ਜਨਤਾ ਦੀ ਜਗ੍ਹਾ ਨੂੰ ਰੋਕਿਆ ਵੇ ਥਾਂ ਰੋਕੀ ਵੀ ਐ ਉਹਨਾਂ ਨੂੰ ਹੁਣ ਬਾਇਜਤ ਉਹਨਾਂ ਤੋਂ ਉਹਨਾਂ ਨੂੰ ਕਹਿਣਾ ਪਏਗਾ ਨਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਸਲਾਹਕਾਰ ਰੱਖਾਂਗੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਪਾਰਟੀ ਨੂੰ ਵਾਲਾ ਜਿਹੜਾ ਕਤਲ ਹੋਇਆ ਉਸ ਦਾ ਵੀ ਕੋਈ ਰੋਲ ਮੰਨਦੇ ਤੁਸੀਂ 1% ਨਾਟ ਓਨਲੀ ਸਿੱਧੂ ਮੂਸੇਵਾਲਾ ਬਥੇਰੇ ਕਬੱਡੀ ਪਲੇਅਰ ਚਲੇ ਗਏ ਦਿਨ ਦਿਹਾੜੇ ਲੋਕਾਂ ਨੂੰ ਇਹ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਸਾਡੀ ਸੁਰੱਖਿਆ ਨਹੀਂ ਕਰ ਸਕਦੀ ਅਨ ਰੁਝਾਨਾ ਲੋਕਾਂ ਤੋਂ ਕੀ ਆ ਰਹੀ ਹੈ ਛੋਟੇ ਲੈਵਲ ਤੇ ਸਰਪੰਚੀਜ਼ ਨੂੰ ਪੰਚੀਜ਼ ਨੂੰ ਆਰਤੀਆਂ ਨੂੰ ਡਾਕਟਰਸ ਨੂੰ ਬਿਜ਼ਨਸਮੈਨ ਨੂੰ ਚੁੱਪ-ਚੁਪੀਤੇ ਸਨਿਆਰਿਆਂ ਨੂੰ ਲੋਕ ਪੈਸੇ ਦੇਉਂਦੇ ਆ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਹੈ ਉਹ ਚੁੱਪ-ਚੁਪੀਤੇ ਆਪਦੀ ਜਾਨ ਨੂੰ ਬਚਾਉਂਦੇ ਲੋਕਾਂ ਨੂੰ ਪੈਸੇ ਦੇ ਰਹੇ ਸੋ ਮੈਂ ਸਮਝਦਾ ਕਿ ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਕਿਹਾ ਮੇਰੀ ਜਾਨ ਨੂੰ ਖਤਰਾ ਹੈ ਪਤਾ ਨਹੀਂ ਉਹਨਾਂ ਨੇ ਕਿਸ ਸੰਗਲ ਚ ਕਿਹਾ ਕਿਹੜੀ ਉਹਨਾਂ ਨੂੰ ਧਮਕੀ ਆਈ ਹੈ ਕਿ ਕੀ ਇਹ ਗੱਲ ਸੋ ਲੋਗਾ ਨੇ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਕਿਹਾ ਕਿ ਤੂੰ ਜ਼ਿੰਮੇਵਾਰੀ ਸੰਭਾਲ ਲੋਗਾ ਨੂੰ ਪੰਜਾਬ ਦੇ ਲੋਗਾ ਨੂੰ ਇੱਕ ਸਟਰੋਂਗ ਮਾਰਸ਼ਲ ਆਦਮੀ ਚਾਹੀਦਾ ਹੈ ਜਿਹੜਾ ਪੰਜਾਬ ਨੂੰ ਲੀਡ ਕਰੇ ਔਰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਲਵੇ ਇੰਤਜ਼ਾਰ ਨਾ ਕਰਨਾ ਪਵੇ ਉਹਨਾਂ ਨੂੰ ਭਾਲਣਾ ਨਾ ਪਵੇ ਸੋ ਐਸੇ ਲੋਗ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਅੱਗੇ ਆਉਣਗੇ ਤੇ ਅਸੀਂ ਮੈਨੂੰ ਉਮੀਦ ਹੈ ਪੂਰਨ ਉਮੀਦ ਕਿਉਂਕਿ ਅਸੀਂ ਖੁਦ ਦੀ ਛੋਲ ਕੇ ਆਏ ਹਾਂ ਅਸੀਂ ਸਮਾਂ ਹੋਂਤੇ ਸਹੀ ਬੰਦੇ ਸਹੀ ਜਗ੍ਹਾਵਾਂ ਤੇ ਫਿੱਟ ਕਰਾਂਗੇ ਔਰ ਦੁਬਾਰੇ ਕਾਂਗਰਸ ਪਾਰਟੀ ਦਾ ਪਰਚਮ ਪੂਰੇ ਪੰਜਾਬ ਦੇ ਵਿੱਚ ਲਹਿਰਾਵਾਂਗੇ। ਸ਼ੁਕਰੀਆ ਤੋਂ ਐਸੀ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਕਾਂਗਰਸ ਦੇ ਵਿੱਚ ਸੱਚੇ ਸੁੱਚੇ ਬੰਦਿਆਂ ਨੂੰ ਸ਼ਾਮਿਲ ਕਰਕੇ ਤੇ ਆਪਣੀ ਕਾਰਜਸ਼ਾਲੀ ਦੇ ਵਿੱਚ ਬਦਲਾ ਕਰਾਂਗੇ ਤੇ ਕਾਂਗਰਸ ਨੂੰ ਵੱਖਰੇ ਤਰੀਕੇ ਦੇ ਨਾਲ ਖੜੀ ਕਰਾਂਗੇ ਨਾਲੇ ਉਹਨਾਂ ਨੇ ਸੰਗਰੂਰ ਚੋਣ ਦੀ ਜਿਹੜੇ ਪ੍ਰਣਾਮ ਹੈ ਉਹਨਾਂ ਨੂੰ ਲੈ ਕੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ। ਕੈਮਰਾਮੈਨ ਰਾਹੁਲ ਤਿਵਾਨ ਦੇ ਨਾਲ ਰਾਜੇਸ਼ ਚੋਹਾਨ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ